ਸ਼ਹਿਰ ਦੀ ਜ਼ਿਲ੍ਹਾ ਅਦਾਲਤ ਵਿੱਚ ਜ਼ਿਲ੍ਹਾ ਸ਼ਾਸਨ ਜੱਜ ਕਮਲਜੀਤ ਸਿੰਘ ਬਾਜਵਾ ਦੀ ਅਗਵਾਈ ਹੇਠ ਹੈਲਥ ਵਿਭਾਗ ਵੱਲੋਂ ਵੈਕਸੀਨ ਕੈਂਪ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਸਮੂਹ ਜੱਜ ਵਕੀਲ ਭਾਈਚਾਰਾ ਅਤੇ ਅਦਾਲਤ ਵਿੱਚ ਨੌਕਰੀ ਕਰਦੇ ਹਰ ਮੁਲਾਜ਼ਮ ਦੇ ਟੀਕਾਕਰਨ ਦੀ ਪੂਰਤੀ ਲਈ ਇਸ ਕੈਂਪ ਦਾ ਆਯੋਜਿਤ ਕੀਤਾ ਗਿਆ ਤਾਂ ਕਿ ਕੋਵਿਡ ਦੀ ਇਸ ਭਿਆਨਕ ਮਹਾਮਾਰੀ ਤੋਂ ਬਚਿਆ ਜਾ ਸਕੇ। ਸਿਹਤ ਵਿਭਾਗ ਦੀ ਟੀਮ ਵੱਲੋਂ ਦੂਸਰਾ ਟੀਕਾਕਰਨ ਵਾਸਤੇ 200 ਦੇ ਕਰੀਬ ਲੋਕਾਂ ਦੇ ਵੈਕਸੀਨ ਦੀ ਦੂਜੀ ਡੋਜ਼ ਲਗਾਈ ਗਈ। ਜ਼ਿਲ੍ਹਾ ਸ਼ੈਸ਼ਨ ਜੱਜ ਕਮਲਜੀਤ ਸਿੰਘ ਬਾਜਵਾ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਨਵਾਂਸ਼ਹਿਰ ਦੀ ਜ਼ਿਲ੍ਹਾ ਅਦਾਲਤ ਵਿੱਚ ਕੰਮ ਕਰਦੇ ਹਰ ਮੁਲਾਜ਼ਮ ਨੂੰ ਦੂਸਰੀ ਵੈਕਸੀਨ ਲਗਾਉਣ ਲਈ ਇਸ ਕੈਂਪ ਦਾ ਆਯੋਜਨ ਕੀਤਾ ਗਿਆ। ਉਹਨਾਂ ਦੱਸਿਆ ਕਿ ਕੋਈ 200 ਦੇ ਕਰੀਬ ਡੋਜ਼ ਸਿਹਤ ਵਿਭਾਗ ਵੱਲੋਂ ਲਿਆਂਦੀ ਗਈ, ਜਿਨ੍ਹਾਂ ਵਿੱਚ ਹੁਣ ਤੱਕ ਕੋਈ 160 ਤੋਂ ਜ਼ਿਆਦਾ ਲੋਕਾਂ ਦੇ ਵੈਕਸੀਨ ਦੀ ਦੂਸਰੀ ਡੋਜ਼ ਲੱਗ ਚੁੱਕੀ ਹੈ। ਉਹਨਾਂ ਨੇ ਇਹ ਵੀ ਦੱਸਿਆ ਕਿ ਜ਼ਿਲ੍ਹਾ ਅਦਾਲਤ ਵਿੱਚ ਕੁਝ ਸਮਾਂ ਪਹਿਲਾਂ ਵੈਕਸੀਨ ਦੀ ਪਹਿਲੀ ਡੋਜ਼ ਸਾਰੇ ਮੁਲਾਜ਼ਮਾਂ ਨੂੰ ਲੱਗ ਚੁੱਕੀ ਹੈ। ਕੈਂਪ ਦੀ ਐਕਚੁਅਲੀ ਇਹ ਸਾਡਾ ਸੈਕਿੰਡ ਡੋਜ਼ ਬਾਰ ਮੈਂਬਰਸ ਦੀ ਡਿਊ ਸੀਗੀ, ਜਿਹਦੇ 'ਚ ਕਿ ਅਸੀਂ ਸਪੈਸ਼ਲ ਰਿਕੁਐਸਟ ਕੀਤੀ ਕਿ ਮਾਸ ਟੀਕਾਕਰਨ ਕੀਤਾ ਜਾਵੇ। ਜਿਹੜਾ ਸੈਕਿੰਡ ਡੋਜ਼ ਪੈਂਡ ਸੀਗੀ ਬਾਰ ਮੈਂਬਰਸ ਦੀ, ਪਹਿਲਾਂ ਕੈਂਪ ਕੀਤਾ ਸੀ ਅਸੀਂ, ਸੋ ਉਹਨਾਂ ਦੀ ਡਿਊ ਸੀਗੀ ਇਸ ਵਾਰ, ਤੋਂ ਇਸ ਕਰਕੇ ਇੱਥੇ ਲਗਵਾ ਲਏ ਤਾਂ ਕਿ ਜ਼ਿਆਦਾ ਰਸ਼ ਹੋਸਪਿਟਲ 'ਚ ਨਾ ਪਵੇ, ਕਿਉਂਕਿ ਹੋਸਪਿਟਲ ਦੇ ਵਿੱਚ ਵੈਸੇ ਵੀ ਕੋਵਿਡ ਕਰਕੇ ਕਾਫੀ ਪ੍ਰਤੀਬੰਧ ਨੇ ਔਰ ਅਦਰਵਾਈਜ਼ ਵੀ ਲੋਕ ਉੱਥੇ ਜਾਂਦੇ ਹੈ, ਸੋ ਇਸ ਕਰਕੇ ਉੱਥੇ ਦੇ ਰਸ਼ ਨੂੰ ਘਟਾਉਣ ਵਾਸਤੇ ਇੱਥੇ ਇਹਨਾਂ ਨੂੰ ਬੁਲਾ ਕੇ ਜਿਹੜੇ ਸਾਡੇ ਸਿਹਤ ਵਿਭਾਗ ਦੇ ਕਰਮਚਾਰੀ ਉਹਨਾਂ ਨੂੰ ਇੱਥੇ ਬੁਲਾ ਕੇ ਬਾਰ ਮੈਂਬਰਾਂ ਦਾ ਸਪੈਸ਼ਲ ਟੀਕਾਕਰਨ ਕਰਵਾਇਆ। ਕੁੱਲ ਕਿੰਨੇ ਡੋਜ਼ ਆਏ ਸਰ ਇੱਥੇ ਅੱਜ? ਅੱਜ 200 ਦੇ ਕਰੀਬ ਡੋਜ਼ ਆਏ ਹੋਏ ਅਤੇ ਮੇਰਾ ਖਿਆਲ ਹੈ ਕਿ 165-170 ਦੇ ਕਰੀਬ ਲੱਗ ਚੁੱਕੇ ਹਨ ਅਤੇ ਬਾਰ ਮੈਂਬਰ ਜਿੰਨੇ ਆ ਜਾਣਗੇ ਸਾਡੇ ਉਹਨਾਂ ਨੂੰ ਵੈਕਸੀਨੇਸ਼ਨ ਹੋ ਜਾਏ। ਇਹਨਾਂ 'ਚ ਪਹਿਲੇ ਡੋਜ਼ ਵਾਲੇ ਵੀ ਨੇ ਕਿ ਪਹਿਲੇ ਡੋਜ਼ ਵਾਲੇ ਜ਼ਿਆਦਾ ਨੇ ਸਾਡੇ ਕੋਲ? ਪਹਿਲੇ ਡੋਜ਼ ਵਾਲੇ ਜਿਨ੍ਹਾਂ ਨੇ ਪਹਿਲਾਂ ਕਰਾਈ ਹੋਈ ਹੈ ਡੋਜ਼, ਉਹਨਾਂ ਦੀ ਸੈਕਿੰਡ ਡੋਜ਼ ਹੈ। ਲੋਕਾਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਹੋ ਕੋਰੋਨਾ ਲੈ ਕੇ? ਹਾਂਜੀ, ਲੋਕਾਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਹੋ ਟੀਕਾਕਰਨ ਲੈ ਕੇ? ਇਹੀ ਅਪੀਲ ਕਰਨਾ ਚਾਹੁੰਦੇ ਹਾਂ ਕਿ ਕੋਵਿਡ ਮਹਾਮਾਰੀ ਤੋਂ ਬਚ ਕੇ ਰਹਿਣ ਔਰ ਵੱਧ ਤੋਂ ਵੱਧ ਡਿਸਟੈਂਸ ਬਣਾ ਕੇ ਰੱਖਣ, ਜੋ ਸਰਕਾਰ ਦੀਆਂ ਹਦਾਇਤਾਂ ਨੇ ਮਾਸਕ ਪਹਿਨਣ ਬਾਰੇ, ਸੈਨੇਟਾਈਜ਼ ਹੈਂਡ ਸੈਨੇਟਾਈਜ਼ ਕਰਨ ਬਾਰੇ, ਵਾਰ ਵਾਰ ਹੱਥ ਧੋਣ ਬਾਰੇ ਔਰ ਮਾਸਕ ਪਹਿਨਣ ਬਾਰੇ ਔਰ ਭੀੜ ਭੜੱਕੇ ਵਾਲੀਆਂ ਥਾਵਾਂ ਦੇ ਉੱਤੇ ਨਾ ਜਾਣ ਬਾਰੇ ਅਪੀਲ ਕਰਾਂਗੇ ਤਾਂ ਕਿ ਇਸ ਮਹਾਮਾਰੀ ਨੂੰ ਫੈਲਣ ਤੋਂ ਰੋਕਿਆ ਜਾ ਸਕੇ।